ਨਹੀਂ ਜੀ, ਸਾਡੇ ਡਿਸਟ੍ਰਿਕਟ ਲੈਬੋਰਟਰੀ ਆ ਜ਼ਿਲ੍ਹਾ ਬਰਨਾਲੇ ਦੀ। ਇਹ ਰਾਤ ਅਚਾਨਕ ਹੀ ਸਾਡੀ ਜਨਰਲ ਲੈਬ ਦੀ ਜਿਹੜੀ ਛੱਤ ਆ ਉਹ ਡਿੱਗ ਗਈ, ਜਿਸ ਕਰਕੇ ਸਾਡਾ ਮਸ਼ੀਨਾਂ ਡੈਮੇਜ ਹੋ ਗਈਆਂ ਅਤੇ ਇੱਕ ਮਸ਼ੀਨ ਬਿਲਕੁਲ ਹੀ ਸਾਡੀ ਡੈਮੇਜ ਹੋ ਗਈ। ਅਤੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਬਿਲਡਿੰਗਾਂ 40-50 ਸਾਲ ਬਹੁਤ ਪੁਰਾਣੀਆਂ ਨੇ, ਇਸ ਕਰਕੇ ਇਹ ਬਿਲਡਿੰਗਾਂ ਸਾਰੀ ਲੈਬੋਰਟਰੀ ਨੂੰ ਨਵੇਂ ਸਿਰ ਤੋਂ ਰੀਨੋਵਾਈਜ਼ ਕਰਾਇਆ ਜਾਵੇ ਅਤੇ ਸਾਰੀ ਲੈਬੋਰਟਰੀ ਨੂੰ ਨਵੀਂ ਬਣਾਈ ਜਾਵੇ। ਦਿਨ ਇਹ ਹੁੰਦਾ ਤਾਂ ਹੋ ਸਕਦਾ ਵੀ ਕਿ ਸਾਡੇ ਕਿਸੇ ਮੁਲਾਜ਼ਮ ਸਾਥੀ ਦਾ ਕੋਈ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ, ਇਸ ਲੈਬ ਨੂੰ ਢਾਹ ਕੇ ਨਵੀਂ ਬਣਾਈ ਜਾਵੇ। ਇਹ ਸਾਰੀ ਸਾਡੀ ਜਿਹੜੀ ਪੂਰੀ ਟੋਟਲ ਬਿਲਡਿੰਗ ਹੈ ਜਨਰਲ ਲੈਬ ਦੀ, ਸਾਰੀ ਬਹੁਤ ਪੁਰਾਣੀ ਹੈ, ਇਸ ਕਰਕੇ ਕਦੇ ਵੀ ਰਿਸਕ ਇਹ ਡਿੱਗ ਸਕਦੀ ਹੈ। ਇਸ ਕਰਕੇ ਅਸੀਂ ਪਹਿਲਾਂ ਵੀ ਕਹਿ ਚੁੱਕਿਆ ਪ੍ਰਸ਼ਾਸਨ ਨੂੰ ਵੀ ਇਹ ਬਿਲਡਿੰਗ ਪੁਰਾਣੀ ਹੈ, ਇਸ ਨੂੰ ਨਵੀਂ ਬਣਾਇਆ ਜਾਵੇ। ਅਤੇ ਅਸੀਂ ਫਿਰ ਦੁਬਾਰਾ ਮੰਗ ਕਰਦੇ ਹਾਂ ਕਿ ਸਾਡਾ ਪ੍ਰਸ਼ਾਸਨ ਸਾਡੀ ਸੁਣੇ ਅਤੇ ਇਸ ਜਨਰਲ ਲੈਬ ਨੂੰ ਦੀਰਘਾ ਨਵੇਂ ਸਿਰੇ ਤੋਂ ਬਣਾਇਆ ਜਾਵੇ। ਹਾਂ, ਉਹ ਲੈਬੋਰਟਰੀ ਦੇ ਵਿੱਚ ਕਮਰੇ 'ਚ ਨਾ ਉਹ ਬਿਲਡਿੰਗ ਐਕਚੁਲੀ ਕਾਫੀ ਪੁਰਾਣੀ ਹੈ, ਉਹ ਬਰਸਾਤਾਂ ਕਰਕੇ ਜਿਵੇਂ ਵੀ ਥੋੜ੍ਹਾ ਬਹੁਤ ਲੀਕੇ ਛੱਤ ਤੋਂ ਹੋ ਗਈ ਹੋਣੀ, ਜਿਹੜਾ ਪਲਸਤਰ ਸੀ ਛੱਤ ਦਾ ਉਹ ਸਾਰਾ ਡਿੱਗ ਪਿਆ ਰਾਤ ਦੇ ਟਾਈਮ ਕਿਸੇ ਵੇਲੇ, ਅਤੇ ਸਾਡੀ ਇੱਕ ਮਸ਼ੀਨ ਦਾ ਵੀ ਨੁਕਸਾਨ, ਸੈੱਲ ਕਾਊਂਟਰ ਉਹਦੇ ਉੱਤੇ ਪੱਥਰ ਜਿਹੜਾ ਟੁੱਟ ਗਿਆ, ਅਤੇ ਇਹਦੇ ਸੰਬੰਧ 'ਚ ਅਸੀਂ ਪੀ ਐੱਚ ਐੱਸ ਸੀ ਨਾਲ ਰਾਬਤਾ ਕਾਇਮ ਕਰਕੇ ਉਹਦੀ ਛੱਤ ਦੀ ਰਿਪੇਅਰ ਕਰਵਾਉਣ ਵਾਸਤੇ ਲਿਖ ਦਿੱਤਾ, ਅੱਗ ਹੀ ਲਿਖ ਦਿੱਤਾ। ਬਾਕੀ ਦਾ ਵੀ ਸਾਰੇ ਬਿਲਡਿੰਗ 'ਚ ਹੋਰ ਵੀ ਸਾਰੇ ਚੈੱਕਅਪ ਕਰਾ ਲਾਂਗੇ ਕਿ ਤੁਹਾਨੂੰ ਪੋਸੀਬਿਲਿਟੀ ਲੱਗਦੀ ਹੋਵੇ ਕਿਤੇ ਕਿਸੇ ਛੱਤ ਦੀ ਵੀਕਨੈਸ ਹੈ ਤਾਂ ਉਹਨੂੰ ਤੁਹਾਨੂੰ ਠੀਕ ਕੀਤਾ ਜਾਵੇ। ਇਹ ਜੀ, ਸਾਡੇ ਡਿਸਟ੍ਰਿਕਟ ਲੈਬੋਰਟਰੀ ਆ ਜ਼ਿਲ੍ਹਾ ਬਰਨਾਲੇ ਦੀ। ਇਹ ਰਾਤ ਅਚਾਨਕ ਹੀ ਸਾਡੀ ਜਨਰਲ ਲੈਬ ਦੀ ਜਿਹੜੀ ਛੱਤ ਆ ਉਹ ਡਿੱਗ ਗਈ, ਜਿਸ ਕਰਕੇ ਸਾਡਾ ਮਸ਼ੀਨਾਂ ਡੈਮੇਜ ਹੋ ਗਈਆਂ ਅਤੇ ਇੱਕ ਮਸ਼ੀਨ ਬਿਲਕੁਲ ਹੀ ਸਾਡੀ ਡੈਮੇਜ ਹੋ ਗਈ। ਅਤੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਬਿਲਡਿੰਗਾਂ 40-50 ਸਾਲ ਬਹੁਤ ਪੁਰਾਣੀਆਂ ਨੇ, ਇਸ ਕਰਕੇ ਇਹ ਬਿਲਡਿੰਗਾਂ ਸਾਰੀ ਲੈਬੋਰਟਰੀ ਨੂੰ ਨਵੇਂ ਸਿਰ ਤੋਂ ਰੀਨੋਵਾਈਜ਼ ਕਰਾਇਆ ਜਾਵੇ ਅਤੇ ਸਾਰੀ ਲੈਬੋਰਟਰੀ ਨੂੰ ਨਵੀਂ ਬਣਾਈ ਜਾਵੇ। ਦਿਨ ਇਹ ਹੁੰਦਾ ਤਾਂ ਹੋ ਸਕਦਾ ਵੀ ਕਿ ਸਾਡੇ ਕਿਸੇ ਮੁਲਾਜ਼ਮ ਸਾਥੀ ਦਾ ਕੋਈ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ, ਇਸ ਲੈਬ ਨੂੰ ਢਾਹ ਕੇ ਨਵੀਂ ਬਣਾਈ ਜਾਵੇ। ਇਹ ਸਾਰੀ ਸਾਡੀ ਜਿਹੜੀ ਪੂਰੀ ਟੋਟਲ ਬਿਲਡਿੰਗ ਹੈ ਜਨਰਲ ਲੈਬ ਦੀ, ਸਾਰੀ ਬਹੁਤ ਪੁਰਾਣੀ ਹੈ, ਇਸ ਕਰਕੇ ਕਦੇ ਵੀ ਰਿਸਕ ਇਹ ਡਿੱਗ ਸਕਦੀ ਹੈ। ਇਸ ਕਰਕੇ ਅਸੀਂ ਪਹਿਲਾਂ ਵੀ ਕਹਿ ਚੁੱਕਿਆ ਪ੍ਰਸ਼ਾਸਨ ਨੂੰ ਵੀ ਇਹ ਬਿਲਡਿੰਗ ਪੁਰਾਣੀ ਹੈ, ਇਸ ਨੂੰ ਨਵੀਂ ਬਣਾਇਆ ਜਾਵੇ। ਅਤੇ ਅਸੀਂ ਫਿਰ ਦੁਬਾਰਾ ਮੰਗ ਕਰਦੇ ਹਾਂ ਕਿ ਸਾਡਾ ਪ੍ਰਸ਼ਾਸਨ ਸਾਡੀ ਸੁਣੇ ਅਤੇ ਇਸ ਜਨਰਲ ਲੈਬ ਨੂੰ ਦੀਰਘਾ ਨਵੇਂ ਸਿਰੇ ਤੋਂ ਬਣਾਇਆ ਜਾਵੇ। ਹਾਂ, ਉਹ ਲੈਬੋਰਟਰੀ ਦੇ ਵਿੱਚ ਕਮਰੇ 'ਚ ਨਾ ਉਹ ਬਿਲਡਿੰਗ ਐਕਚੁਲੀ ਕਾਫੀ ਪੁਰਾਣੀ ਹੈ, ਉਹ ਬਰਸਾਤਾਂ ਕਰਕੇ ਜਿਵੇਂ ਵੀ ਥੋੜ੍ਹਾ ਬਹੁਤ ਲੀਕੇ ਛੱਤ ਤੋਂ ਹੋ ਗਈ ਹੋਣੀ, ਜਿਹੜਾ ਪਲਸਤਰ ਸੀ ਛੱਤ ਦਾ ਉਹ ਸਾਰਾ ਡਿੱਗ ਪਿਆ ਰਾਤ ਦੇ ਟਾਈਮ ਕਿਸੇ ਵੇਲੇ, ਅਤੇ ਸਾਡੀ ਇੱਕ ਮਸ਼ੀਨ ਦਾ ਵੀ ਨੁਕਸਾਨ, ਸੈੱਲ ਕਾਊਂਟਰ ਉਹਦੇ ਉੱਤੇ ਪੱਥਰ ਜਿਹੜਾ ਟੁੱਟ ਗਿਆ, ਅਤੇ ਇਹਦੇ ਸੰਬੰਧ 'ਚ ਅਸੀਂ ਪੀ ਐੱਚ ਐੱਸ ਸੀ ਨਾਲ ਰਾਬਤਾ ਕਾਇਮ ਕਰਕੇ ਉਹਦੀ ਛੱਤ ਦੀ ਰਿਪੇਅਰ ਕਰਵਾਉਣ ਵਾਸਤੇ ਲਿਖ ਦਿੱਤਾ, ਅੱਗ ਹੀ ਲਿਖ ਦਿੱਤਾ। ਬਾਕੀ ਦਾ ਵੀ ਸਾਰੇ ਬਿਲਡਿੰਗ 'ਚ ਹੋਰ ਵੀ ਸਾਰੇ ਚੈੱਕਅਪ ਕਰਾ ਲਾਂਗੇ ਕਿ ਤੁਹਾਨੂੰ ਪੋਸੀਬਿਲਿਟੀ ਲੱਗਦੀ ਹੋਵੇ ਕਿਤੇ ਕੋਈ ਛੱਤ ਦੀ ਵੀਕਨੈਸ ਹੈ ਤਾਂ ਉਹਨੂੰ ਤੁਹਾਨੂੰ ਠੀਕ ਕੀਤਾ ਜਾਵੇ।